ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਆਯੁਰਵੈਦਿਕ ਰਸੋਈ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ। ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਗਰਮੀਆਂ ਦੀ ਇੱਕ ਖਾਸ ਰੈਸਿਪੀ ਬਣਾ ਰਹੇ ਹਾਂ, ਜਿਸ ਦੇ ਨਾਲ ਤੁਹਾਡੇ ਸਰੀਰ ਵਿੱਚ ਜਿੰਨੀ ਵੀ ਗਰਮੀ ਹੋਵੇ ਉਹ ਬਾਹਰ ਨਿਕਲ ਜਾਏਗੀ ਅਤੇ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ। ਇਹ ਨੁਸਖਾ ਬਹੁਤ ਹੀ ਜ਼ਿਆਦਾ ਕਾਰਗਰ ਹੈ ਅਤੇ ਟੇਸਟੀ ਵੀ ਹੈ। ਆਓ ਇਸ ਦੀ ਵਿਧੀ ਦੀ ਸ਼ੁਰੂਆਤ ਕਰਦੇ ਹਾਂ। ਇਸ ਰੈਸਿਪੀ ਨੂੰ ਬਣਾਉਣ ਦੇ ਲਈ ਅਸੀਂ ਜੌਂ ਦਾ ਦਲੀਆ ਲੈਣਾ ਹੈ। ਜੌਂ ਦਾ ਦਲੀਆ ਤਾਸੀਰ ਵਿੱਚ ਠੰਡਾ ਹੁੰਦਾ ਹੈ ਅਤੇ ਜੌਂ ਜਿਹੜਾ ਅਨਾਜ ਹੈ ਇਸ ਨੂੰ ਗਰਮੀ ਵਿੱਚ ਜਿੰਨਾ ਜ਼ਿਆਦਾ ਖਾਧਾ ਜਾਵੇ ਇਹ ਉਨਾ ਹੀ ਜ਼ਿਆਦਾ ਚੰਗਾ ਹੈ। ਸਭ ਤੋਂ ਉੱਤਮ ਅਨਾਜਾਂ ਦੇ ਵਿੱਚ ਆਯੁਰਵੇਦ ਵਿੱਚ ਜੇ ਕੋਈ ਅਨਾਜ ਰੱਖਿਆ ਹੈ ਤਾਂ ਪਹਿਲੇ ਨੰਬਰ 'ਤੇ ਜੌਂ ਦਾ ਨਾਮ ਆਉਂਦਾ ਹੈ। ਇਸ ਦਾ ਦਲੀਆ, ਖਿਚੜੀ, ਰੋਟੀ, ਖੀਰ ਅਸੀਂ ਕੁਝ ਵੀ ਬਣਾ ਸਕਦੇ ਹਾਂ। ਦਲੀਏ ਨੂੰ ਅਸੀਂ ਚੰਗੀ ਤਰ੍ਹਾਂ ਧੋ ਲੈਣਾ ਹੈ 4-5 ਵਾਰੀ। ਹੁਣ ਅਸੀਂ ਗੈਸ 'ਤੇ ਇੱਕ ਪੈਨ ਰੱਖ ਕੇ ਇਸ ਨੂੰ ਪੱਕਣ ਦੇ ਲਈ ਰੱਖ ਦਿਆਂਗੇ। ਅਸੀਂ ਚਾਹੀਏ ਤਾਂ ਇਸ ਦਲੀਏ ਨੂੰ ਸਿੱਧਾ ਹੀ ਦੁੱਧ ਵਿੱਚ ਪਕਾ ਕੇ ਅਸੀਂ ਖੀਰ ਦੀ ਤਰ੍ਹਾਂ ਵੀ ਬਣਾ ਸਕਦੇ ਹਾਂ, ਪਰ ਮੈਂ ਅੱਜ ਇਸ ਨੂੰ ਪਾਣੀ ਵਿੱਚ ਪਕਾ ਰਹੀ ਹਾਂ ਕਿਉਂਕਿ ਅਸੀਂ ਇਸ ਨੂੰ ਖਾਣ ਦੀਆਂ ਦੋ ਵਿਧੀਆਂ ਸਿੱਖਾਂਗੇ। ਪਾਣੀ ਅਸੀਂ ਜਿੰਨਾ ਜੌਂ ਲਿਆ ਹੈ ਉਸ ਤੋਂ 2 ਗੁਣਾ ਜਾਂ 2.5 ਗੁਣਾ ਲੈ ਸਕਦੇ ਹਾਂ। 10 ਤੋਂ 12 ਮਿੰਟ ਦੇ ਵਿੱਚ ਇਹ ਤਿਆਰ ਹੋ ਜਾਏਗਾ। ਪਾਣੀ ਵਿੱਚ ਉਬਾਲ ਆਉਣ 'ਤੇ ਗੈਸ ਨੂੰ ਮੱਠੀ ਕਰ ਦੇਣਾ ਹੈ ਅਤੇ 10-12 ਮਿੰਟ ਲਗਾ ਕੇ ਅਸੀਂ ਦਲੀਏ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ। ਗਰਮੈਸ਼ ਕਰਕੇ ਕੋਈ ਵੀ ਦਿੱਕਤ ਹੈ, ਬੇਸ਼ੱਕ ਲਿਵਰ ਦੇ ਵਿੱਚ, ਪੇਟ ਦੇ ਵਿੱਚ, ਪਿਸ਼ਾਬ ਦੇ ਰੋਗ, ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਤਕਲੀਫ ਆ ਰਹੀ ਹੈ ਤਾਂ ਇਹ ਦਲੀਆ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਾ ਸਕਦਾ ਹੈ। ਜਿਨ੍ਹਾਂ ਦਾ ਭਾਰ ਜ਼ਿਆਦਾ ਹੈ, ਡਾਇਬਟੀਜ਼ ਹੈ, ਸ਼ੂਗਰ ਹੈ, ਉਹਨਾਂ ਲਈ ਵੀ ਇਹ ਬਹੁਤ ਉੱਤਮ ਹੈ। 10 ਤੋਂ 12 ਮਿੰਟ ਦੇ ਵਿੱਚ ਦਲੀਆ ਬਹੁਤ ਵਧੀਆ ਪੱਕ ਕੇ ਤਿਆਰ ਹੋ ਗਿਆ। ਹੁਣ ਅਸੀਂ ਇਸ ਵਿੱਚ ਕੁਝ ਹੋਰ ਚੀਜ਼ਾਂ ਪਾਉਣੀਆਂ ਹਨ ਤਾਂ ਕਿ ਇਸ ਨੂੰ ਅਸੀਂ ਹੋਰ ਤਾਕਤਵਰ ਬਣਾ ਸਕੀਏ। ਮੈਂ ਇੱਥੇ 1 ਚਮਚਾ ਤਰਬੂਜ ਦੇ ਬੀਜ, ਭਿੱਜੇ ਹੋਏ ਕਾਜੂ ਅਤੇ ਬਦਾਮ, ਇਹਨਾਂ ਨੂੰ ਬਰੀਕ ਕੱਟ ਕੇ ਲੈ ਲਿਆ ਹੈ। ਇਹ ਸਮਾਨ ਤੁਸੀਂ ਆਪਣੇ ਅਨੁਸਾਰ ਪਾ ਸਕਦੇ ਹੋ, ਜੇ ਹੋਵੇ ਤਾਂ ਤੁਹਾਡੇ ਕੋਲ ਪਾ ਸਕਦੇ ਹੋ, ਨਾ ਵੀ ਹੋਵੇ ਤਾਂ ਅਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹਾਂ। ਜੌਂ ਦਾ ਦਲੀਆ ਆਪਣੇ ਆਪ ਵਿੱਚ ਹੀ ਬਹੁਤ ਤਾਕਤਵਰ ਹੈ ਅਤੇ ਤੁਰੰਤ ਐਨਰਜੀ ਦੇਣ ਵਾਲਾ ਹੈ, ਅਤੇ ਇਹ ਬਿਲਕੁਲ ਹੈ ਕਿ ਜੇ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਤਾਂ ਉਸ ਦੇ ਨਾਲ ਇਸ ਦੀ ਤਾਕਤ ਹੋਰ ਵੱਧ ਜਾਂਦੀ ਹੈ। ਗਰਮੀ ਕਰਕੇ ਕੋਈ ਵੀ ਡਰਾਈ ਫਰੂਟ ਵਰਤਣਾ ਹੈ ਤਾਂ ਅਸੀਂ ਉਸ ਨੂੰ ਭਿਉਂ ਕੇ ਵਰਤੋਂ ਕਰ ਸਕਦੇ ਹਾਂ। ਜੌਂ ਦਾ ਦਲੀਆ ਲੇਖਣ ਕਰਮ ਕਰਦਾ ਹੈ, ਭਾਵ ਕਿ ਖੁਰਚ ਖੁਰਚ ਕੇ ਫੈਟ ਨੂੰ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਗਿਲਟੀ ਵੀ ਹੋਵੇ ਸਰੀਰ ਵਿੱਚ ਉਸ ਨੂੰ ਵੀ ਕੱਢਣ ਵਿੱਚ ਮਦਦ ਕਰ ਸਕਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਵੀ ਗੱਠਾਂ ਦੀ ਸ਼ਿਕਾਇਤ ਹੈ, ਰਸੌਲੀਆਂ ਹਨ, ਉਹ ਲੋਕ ਵੀ ਇਸ ਦਾ ਇਸਤੇਮਾਲ ਕਰ ਸਕਦੇ ਹਨ। ਉਹਨਾਂ ਨੂੰ ਜ਼ਰੂਰ ਫਾਇਦਾ ਹੋਏਗਾ, ਬੇਸ਼ੱਕ ਹੌਲੀ ਹੌਲੀ ਹੀ ਹੋਵੇ। ਜਿਨ੍ਹਾਂ ਰੋਗੀਆਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ, ਥਕਾਨ ਹਰ ਵੇਲੇ ਮਹਿਸੂਸ ਹੁੰਦੀ ਰਹਿੰਦੀ ਹੈ, ਉਹਨਾਂ ਲਈ ਵੀ ਇਹ ਬਹੁਤ ਵਧੀਆ ਹੈ। ਇੱਥੇ ਮੈਂ ਥੋੜ੍ਹੇ ਜਿਹੇ ਮਖਾਣੇ ਵੀ ਇਸ ਦੇ ਅੰਦਰ ਪਾ ਰਹੀ ਹਾਂ। ਮਖਾਣੇ ਕੈਲਸ਼ੀਅਮ ਰਿਚ ਹੁੰਦੇ ਹਨ, ਇਹ ਵੀ ਬਹੁਤ ਤਾਕਤ ਦੇਣ ਵਾਲੇ ਹਨ, ਹੱਡੀਆਂ ਲਈ, ਵਾਲਾਂ ਲਈ, ਸਕਿਨ ਲਈ ਬਹੁਤ ਵਧੀਆ ਹੁੰਦੇ ਹਨ, ਐਂਟੀਆਕਸੀਡੈਂਟਸ ਨਾਲ ਭਰੇ ਹੁੰਦੇ ਹਨ ਅਤੇ ਤਾਸੀਰ ਵਿੱਚ ਠੰਡੇ ਹੋਣ ਕਰਕੇ ਅਸੀਂ ਮਖਾਣਿਆਂ ਨੂੰ ਪੂਰਾ ਸਾਲ ਖਾ ਸਕਦੇ ਹਾਂ। ਇਸ ਵਿੱਚ ਵਹਿਮ ਕਰਨ ਦੀ ਕੋਈ ਗੱਲ ਨਹੀਂ ਹੈ। ਬਸ ਇੰਨਾ ਧਿਆਨ ਰੱਖਣਾ ਹੈ ਕਿ ਮਖਾਣੇ ਰੁੱਖੇ ਹੁੰਦੇ ਹਨ, ਜਿਸ ਕਰਕੇ ਜੇ ਅਸੀਂ ਰੁੱਖੇ ਮਖਾਣੇ ਜ਼ਿਆਦਾ ਖਾਂਦੇ ਹਾਂ ਤਾਂ ਇਹ ਕਬਜ਼ ਜਾਂ ਹੋਰ ਵਾਤ ਰੋਗਾਂ ਨੂੰ ਵਧਾ ਦਿੰਦੇ ਹਨ। ਜੇ ਅਸੀਂ ਇਹਨਾਂ ਨੂੰ ਕਿਸੇ ਚੀਜ਼ ਵਿੱਚ ਪਾ ਕੇ ਖਾਂਦੇ ਹਾਂ, ਜਿਵੇਂ ਖੀਰ ਵਿੱਚ, ਰਾਇਤੇ ਵਿੱਚ, ਦਲੀਏ ਵਿੱਚ ਜਾਂ ਹੋਰ ਰੈਸਿਪੀਜ਼ ਦੇ ਵਿੱਚ ਪਾ ਲੈਂਦੇ ਹਾਂ ਤਾਂ ਇਹ ਬਹੁਤ ਵਧੀਆ ਬੋਡੀ ਨੂੰ ਸੂਟ ਕਰਦੇ ਹਨ। ਹੁਣ ਇਹ ਬਿਲਕੁਲ ਤਿਆਰ ਹੈ, ਅਸੀਂ ਇਸ ਨੂੰ ਬੰਦ ਕਰਕੇ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਠੰਡਾ ਕਰ ਲਵਾਂਗੇ। ਆਓ ਹੁਣ ਪਹਿਲਾ ਤਰੀਕਾ ਜਾਣਦੇ ਹਾਂ ਕਿ ਇਸ ਨੂੰ ਕਿਸ ਤਰ੍ਹਾਂ ਖਾਣਾ ਹੈ। ਦੇਖੋ, ਅਸੀਂ ਨਾ ਇਸ ਵਿੱਚ ਮਿੱਠਾ ਪਾਇਆ ਹੈ, ਨਾ ਨਮਕੀਨ ਪਾਇਆ ਹੈ, ਕੁਛ ਵੀ ਨਹੀਂ ਪਾਇਆ। ਬਸ ਅਸੀਂ ਇਸ ਨੂੰ ਫਿੱਕਾ ਬੋਇਲ ਕੀਤਾ ਹੈ ਪਾਣੀ ਦੇ ਵਿੱਚ ਕੁਝ ਡਰਾਈ ਫਰੂਟਸ ਦੇ ਨਾਲ। ਤਾਂ ਪਹਿਲਾ ਤਰੀਕਾ ਜਿਹੜਾ ਇਸ ਨੂੰ ਖਾਣ ਦਾ ਹੈ ਉਹ ਇਹੀ ਹੈ ਕਿ ਅਸੀਂ ਇਸ ਦਲੀਏ ਨੂੰ ਠੰਡਾ ਕਰਕੇ ਲੈ ਲਿਆ
ਅਤੇ ਗਰਮੀ ਹੋਣ ਕਰਕੇ ਇਸ ਵਿੱਚ ਅਸੀਂ ਠੰਡਾ ਦੁੱਧ ਪਾ ਲਵਾਂਗੇ। ਠੰਡਾ ਦੁੱਧ ਵੀ ਤੁਸੀਂ ਮਲਾਈ ਵਾਲਾ ਜਾਂ ਬਿਨਾਂ ਮਲਾਈ ਵਾਲਾ ਲੈ ਸਕਦੇ ਹੋ ਆਪਣੀ ਸਿਹਤ ਦੇ ਹਿਸਾਬ ਦੇ ਨਾਲ। ਹੁਣ ਅਸੀਂ ਇਸ ਦੇ ਵਿੱਚ ਆਪਣੇ ਸਵਾਦ ਅਨੁਸਾਰ ਪੀਸੀ ਹੋਈ ਮਿਸ਼ਰੀ ਪਾ ਲੈਣੀ ਹੈ, ਜਿਸ ਦੇ ਨਾਲ ਇਸ ਦੀ ਤਾਸੀਰ ਪੂਰੀ ਤਰ੍ਹਾਂ ਠੰਡੀ ਹੋ ਜਾਏਗੀ। ਦੁੱਧ, ਜੌਂ ਦਾ ਦਲੀਆ, ਭਿੱਜੇ ਹੋਏ ਡਰਾਈ ਫਰੂਟਸ, ਮਿਸ਼ਰੀ, ਚਾਰੋਂ ਚੀਜ਼ਾਂ ਬਹੁਤ ਠੰਡੀ ਤਾਸੀਰ ਦੀਆਂ ਹਨ, ਇਸ ਕਰਕੇ ਇਹ ਬਹੁਤ ਵਧੀਆ ਇਹਨਾਂ ਦਾ ਐਕਸ਼ਨ ਹੈ ਬੋਡੀ ਦੇ ਵਿੱਚ ਕਿਤੇ ਵੀ ਗਰਮੈਸ਼ ਹੋਵੇ ਤਾਂ। ਹੁਣ ਜੇ ਕੁਝ ਲੋਕਾਂ ਨੂੰ ਨਜ਼ਲਾ, ਜ਼ੁਕਾਮ, ਰੈਸਪੀਰੇਟਰੀ ਪ੍ਰੋਬਲਮਸ ਦੀਆਂ ਦਿੱਕਤਾਂ ਹਨ ਤਾਂ ਉਹ ਇੱਥੇ ਦੁੱਧ ਤਾਜ਼ਾ ਲੈ ਸਕਦੇ ਹਨ, ਠੰਡੇ ਦੁੱਧ ਦੀ ਵਰਤੋਂ ਨਾ ਕਰਨ। ਉਹਨਾਂ ਦਾ ਗਰਮੀ ਦਾ ਰੋਗ ਵੀ ਖਤਮ ਹੋਏਗਾ, ਨਾਲ ਨਾਲ ਕਫ ਰੋਗ ਵੀ ਸ਼ਾਂਤ ਹੋਏਗਾ, ਕਿਉਂਕਿ ਮਿਸ਼ਰੀ ਜਿਹੜੀ ਹੈ ਇਹ ਜਿੱਥੇ ਗਰਮੈਸ਼ ਘਟਾਉਂਦੀ ਹੈ ਉੱਥੇ ਕਫ ਨੂੰ ਵੀ ਸ਼ਾਂਤ ਕਰਦੀ ਹੈ। ਇਹਦਾ ਕੰਮ ਜਿਹੜਾ ਹੈ ਉਹ ਦੋਨਾਂ ਚੀਜ਼ਾਂ ਦੇ ਉੱਪਰ ਹੀ ਬਰਾਬਰ ਦੇਖਣ ਨੂੰ ਮਿਲਦਾ ਹੈ। ਅਤੇ ਡਾਇਬਟੀਜ਼ ਦੇ ਰੋਗੀ ਬਿਨਾਂ ਮਿੱਠੇ ਤੋਂ ਇਸ ਦੀ ਵਰਤੋਂ ਕਰ ਸਕਦੇ ਹਨ, ਕਿਉਂਕਿ ਜੌਂ ਇੱਕ ਐਸਾ ਅਨਾਜ ਹੈ ਜਿਹੜਾ ਕੁਦਰਤੀ ਤੌਰ 'ਤੇ ਮਿਠਾਸ ਵਾਲਾ ਹੈ। ਇਸ ਵਿੱਚ ਜੇ ਅਸੀਂ ਮਿੱਠਾ ਨਾ ਵੀ ਪਾਈਏ ਤਾਂ ਇਹ ਇਸੇ ਤਰ੍ਹਾਂ ਫਿੱਕਾ ਵੀ ਦੁੱਧ ਨਾਲ ਚੰਗਾ ਲੱਗਦਾ ਹੈ। ਅਤੇ ਆਯੁਰਵੇਦ ਵਿੱਚ ਖਾਸ ਤੌਰ 'ਤੇ ਡਾਇਬਟੀਜ਼ ਦੇ ਰੋਗੀਆਂ ਲਈ ਜੌਂ ਦੇ ਅਨਾਜ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਆਓ ਹੁਣ ਅਸੀਂ ਦੂਸਰਾ ਤਰੀਕਾ ਜਾਣਦੇ ਹਾਂ। ਦੂਸਰੇ ਤਰੀਕੇ ਦੀ ਵਰਤੋਂ ਕਰਨ ਦੇ ਲਈ ਅਸੀਂ ਤਾਜ਼ੀ ਜੰਮੀ ਹੋਈ ਦਹੀਂ ਲੈ ਲੈਣੀ ਹੈ। ਇਹ ਜਿਹੜੀ ਦਹੀਂ ਹੈ ਇਹ ਜ਼ਿਆਦਾ ਖੱਟੀ ਨਹੀਂ ਹੋਣੀ ਚਾਹੀਦੀ, ਨੋਰਮਲ ਜਿਹੜੀ ਤਾਜ਼ੀ ਅਸੀਂ ਜਮਾਉਂਦੇ ਹਾਂ ਉਹ ਲੈਣੀ ਹੈ। ਗਰਮੀਆਂ ਵਿੱਚ ਕਦੀ ਵੀ ਖੱਟੀ ਦਹੀਂ ਦੀ ਵਰਤੋਂ ਨਾ ਕਰੋ, ਇਹ ਬਹੁਤ ਨੁਕਸਾਨ ਕਰ ਸਕਦੀ ਹੈ। ਹੁਣ ਇਸ ਦਹੀਂ ਨੂੰ ਵੀ ਅਸੀਂ ਹੋਰ ਜ਼ਿਆਦਾ ਵਧੀਆ ਬਣਾਉਣਾ ਹੈ ਤਾਂ ਕਿ ਇਸ ਦੀ ਜਿਹੜੀ ਥੋੜ੍ਹੀ ਬਹੁਤ ਗਰਮੀ ਹੈ ਜਾਂ ਇਸ ਦੇ ਅੰਦਰ ਜਿਹੜਾ ਕਫ ਦੋਸ਼ ਹੁੰਦਾ ਹੈ ਉਸ ਨੂੰ ਅਸੀਂ ਠੀਕ ਕਰ ਸਕੀਏ। ਇਸ ਕਰਕੇ ਦਹੀਂ ਨੂੰ ਚੰਗੀ ਤਰ੍ਹਾਂ 2-3 ਮਿੰਟ ਦੇ ਲਈ ਫੈਂਟ ਲਓ, ਨਾਲ ਹੀ ਥੋੜ੍ਹਾ ਜਿਹਾ ਅਸੀਂ ਪਾਣੀ ਪਾ ਦਿਆਂਗੇ, ਇਸ ਨੂੰ ਥੋੜ੍ਹਾ ਪਤਲਾ ਕਰ ਲਵਾਂਗੇ ਅਤੇ ਫੈਂਟ ਲਵਾਂਗੇ। ਇਸ ਤਰੀਕੇ ਗਰਮੀਆਂ ਵਿੱਚ ਵਰਤੀ ਹੋਈ ਦਹੀਂ ਅੰਮ੍ਰਿਤ ਦਾ ਕੰਮ ਕਰਦੀ ਹੈ। ਇਸ ਦਹੀਂ ਦੀ ਅਸੀਂ ਲੱਸੀ ਬਣਾ ਲਈਏ ਜਾਂ ਫਿਰ ਅਸੀਂ ਰਾਇਤਾ ਬਣਾ ਲਈਏ ਕਿਸੇ ਵੀ ਤਰ੍ਹਾਂ ਦਾ, ਇਹ ਵੀ ਗਰਮੀ ਕੱਢਣ ਦੇ ਵਿੱਚ ਬਹੁਤ ਫਾਇਦਾ ਕਰਦਾ ਹੈ। ਦਹੀਂ ਨੂੰ ਵੀ ਅਸੀਂ ਬਿਨਾਂ ਮਲਾਈ ਦੇ ਦੁੱਧ ਵਾਲਾ ਜਮਾਉਣਾ ਹੈ, ਜਿਸ ਨਾਲ ਇਹ ਪਚਨ ਵਿੱਚ ਕਾਫ਼ੀ ਹਲਕੀ ਹੋ ਜਾਂਦੀ ਹੈ ਅਤੇ ਇਹ ਪੋਸ਼ਣ ਦੇਣ ਦਾ ਵਧੀਆ ਕੰਮ ਕਰਦੀ ਹੈ। ਕੈਲਸ਼ੀਅਮ ਪ੍ਰੋਟੀਨ ਰਿਚ ਹੁੰਦੀ ਹੈ, ਜਿਨ੍ਹਾਂ ਦੇ ਹੱਡੀਆਂ, ਜੋੜ ਬਹੁਤ ਜ਼ਿਆਦਾ ਦਰਦ ਕਰਦੇ ਹਨ, ਬਹੁਤ ਕਮਜ਼ੋਰੀ, ਥਕਾਨ ਰਹਿੰਦੀ ਹੈ, ਉਹਨਾਂ ਦੇ ਲਈ ਵੀ ਇਹ ਰੈਸਿਪੀ ਬਹੁਤ ਉੱਤਮ ਹੈ, ਕਿਉਂਕਿ ਇਹ ਸਾਰਾ ਕੁਝ ਹੀ ਸਾਡੇ ਪੂਰੇ ਸਰੀਰ ਨੂੰ ਤਾਕਤ ਦੇਣ ਵਾਲਾ ਹੈ। ਜੇ ਜ਼ਿਆਦਾ ਨਜ਼ਲਾ, ਜ਼ੁਕਾਮ ਇਸ ਤਰ੍ਹਾਂ ਦੀ ਦਿੱਕਤ ਹੈ ਤਾਂ ਤੁਸੀਂ ਥੋੜ੍ਹੀ ਬਹੁਤ ਕਾਲੀ ਮਿਰਚ, ਜੀਰੇ ਦਾ ਪਾਊਡਰ ਇਸ ਦੇ ਅੰਦਰ ਪਾ ਸਕਦੇ ਹੋ। ਅਤੇ ਜੇ ਤੁਸੀਂ ਇਸ ਨੂੰ ਮਿੱਠਾ ਖਾਣਾ ਚਾਹੋ, ਕਈ ਲੋਕ ਦਹੀਂ ਦੇ ਵਿੱਚ ਵੀ ਮਿੱਠਾ ਪਾ ਕੇ ਖਾਂਦੇ ਹਨ, ਤਾਂ ਅਸੀਂ ਮਿਸ਼ਰੀ ਪਾ ਕੇ ਗਰਮੀਆਂ ਦੇ ਵਿੱਚ ਦਹੀਂ ਜਿਹੜੀ ਹੈ, ਦਹੀਂ ਵਾਲਾ ਦਲੀਆ ਮਿੱਠਾ ਵੀ ਲੈ ਸਕਦੇ ਹਾਂ। ਅਤੇ ਡਾਇਬਟੀਜ਼ ਦੇ ਰੋਗੀ ਜਿਹੜੇ ਹਨ ਉਹ ਚਾਹੁਣ ਤਾਂ ਫਿੱਕਾ ਵੀ ਲੈ ਸਕਦੇ ਹਨ, ਨਹੀਂ ਤਾਂ ਥੋੜ੍ਹਾ ਬਹੁਤ ਪੁਦੀਨੇ ਦੇ ਪੱਤੇ, ਨਮਕ, ਥੋੜ੍ਹਾ ਜਿਹਾ ਕਾਲੀ ਮਿਰਚ ਪਾ ਕੇ ਇਸ ਤਰ੍ਹਾਂ ਇਸ ਨੂੰ ਲਿਆ ਜਾ ਸਕਦਾ ਹੈ। ਹਰਿਆਣਾ, ਰਾਜਸਥਾਨ ਦੇ ਵਿੱਚ ਰਾਬੜੀ ਦੇ ਤੌਰ 'ਤੇ ਇਸ ਨੂੰ ਖਾਧਾ ਜਾਂਦਾ ਹੈ, ਹਾਲਾਂਕਿ ਉਸ ਨੂੰ ਬਣਾਉਣ ਦਾ ਤਰੀਕਾ ਅਲੱਗ ਹੈ ਪਰ ਲਗਭਗ ਇਸ ਤਰ੍ਹਾਂ ਦੀ ਹੀ ਰੈਸਿਪੀ ਬਣਦੀ ਹੈ। ਇਸ ਨੂੰ ਅਸੀਂ ਆਸਾਨ ਤਰੀਕੇ ਨਾਲ ਬਣਾਉਣਾ ਚਾਹੀਏ ਤਾਂ ਇਹ ਤਰੀਕਾ ਹੈ ਕਿ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਜੌਂ ਦੇ ਦਲੀਏ ਨੂੰ ਪਕਾ ਕੇ ਅਸੀਂ ਮਿਕਸ ਕਰ ਲਈਏ ਤਾਂ ਇਹ ਲਗਭਗ ਉਵੇਂ ਦਾ ਫਾਇਦਾ ਦਿੰਦਾ ਹੈ। ਇਹ ਦੋਨੋਂ ਰੈਸਿਪੀਜ਼ ਜਿਹੜੀਆਂ ਹਨ ਇਹ ਆਪਣੇ ਆਪ ਵਿੱਚ ਸੰਪੂਰਨ ਮੀਲ ਹਨ, ਇਹਨਾਂ ਨਾਲ ਅਸੀਂ ਰੋਟੀ ਬੇਸ਼ੱਕ ਨਾ ਵੀ ਖਾਈਏ ਤਾਂ ਵੀ ਜ਼ਰੂਰਤ ਨਹੀਂ ਹੈ, ਇਹ ਪੂਰਾ ਪੋਸ਼ਣ ਦੇਣ ਵਾਲੀਆਂ ਹਨ। ਜਿਹੜੀ ਦਹੀਂ ਵਾਲੀ ਰੈਸਿਪੀ ਹੈ ਇਸ ਨੂੰ ਤਾਂ ਅਸੀਂ ਬ੍ਰੇਕਫਾਸਟ ਵਿੱਚ ਅਤੇ ਲੰਚ ਵਿੱਚ ਲੈ ਸਕਦੇ ਹਾਂ। ਅੱਜ ਕੱਲ੍ਹ ਬਹੁਤ ਜ਼ਿਆਦਾ ਗਰਮੀ ਹੈ ਤਾਂ 4 ਵਜੇ ਤੱਕ ਅਸੀਂ ਇਸ ਦਾ ਸੇਵਨ ਕਰ ਸਕਦੇ ਹਾਂ। ਬਾਕੀ ਜਿਹੜੀ ਦੁੱਧ ਵਾਲੀ ਹੈ ਇਹਨੂੰ ਤਾਂ ਭੁੱਖ ਲੱਗਣ 'ਤੇ ਤੁਸੀਂ ਕਦੋਂ ਵੀ ਲੈ ਸਕਦੇ ਹੋ, ਇੱਥੋਂ ਤੱਕ ਕਿ ਰਾਤ ਦੇ ਡਿਨਰ ਵਿੱਚ ਵੀ ਤੁਸੀਂ ਇਸ ਨੂੰ ਲੈ ਸਕਦੇ ਹੋ। ਇੱਕ ਕਮੈਂਟ ਮੈਨੂੰ ਆਇਆ ਸੀ ਕਿ ਗਰਮੀਆਂ ਵਿੱਚ ਅਸੀਂ ਜਿਹੜੀ ਲੱਸੀ ਹੁੰਦੀ ਹੈ ਉਸ ਦੀ ਵਰਤੋਂ ਰਾਤ ਨੂੰ ਕਰ ਸਕਦੇ ਹਾਂ। ਇਸ ਦਾ ਉੱਤਰ ਇਹ ਹੈ ਕਿ ਜਿਹੜੀ ਟ੍ਰੈਡੀਸ਼ਨਲ ਚਾਟੀ ਵਾਲੀ ਲੱਸੀ ਬਣਾਈ ਜਾਂਦੀ ਹੈ ਉਹ ਬਿਲਕੁਲ ਰੁੱਖੀ ਹੁੰਦੀ ਹੈ, ਕਿਉਂਕਿ ਉਸ ਦੇ ਵਿੱਚੋਂ ਮੱਖਣ ਬਾਹਰ ਨਿਕਲ ਜਾਂਦਾ ਹੈ।
ਉਸ ਲੱਸੀ ਨੂੰ ਅਸੀਂ ਰਾਤ ਵੇਲੇ ਵਰਤੋਂ ਕਰ ਸਕਦੇ ਹਾਂ। ਬਾਕੀ ਦਹੀਂ ਵਾਲੀ ਲੱਸੀ ਜਿਹੜੀ ਹੁੰਦੀ ਹੈ ਇਸ ਦੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ, ਦਹੀਂ ਦੀ ਵਰਤੋਂ ਵੀ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ। ਅਤੇ ਜਿਹੜੀ ਚਾਟੀ ਵਾਲੀ ਲੱਸੀ ਹੈ ਉਹਦੇ ਲਈ ਵੀ ਪਰਹੇਜ਼ ਕੇਵਲ ਇੰਨਾ ਹੈ ਕਿ ਜੇ ਕਿਸੇ ਨੂੰ ਬਹੁਤਾ ਠੰਡ ਦੀ ਤਕਲੀਫ ਹੈ, ਸਾਈਨਸ ਹੈ, ਖਾਂਸੀ ਜ਼ੁਕਾਮ ਹੈ, ਉਹਨਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਰ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਕੋਈ ਦਿੱਕਤਾਂ ਨਹੀਂ ਉਹ ਕਦੀ ਕਦਾਈ ਰਾਤ ਵੇਲੇ ਚਾਟੀ ਵਾਲੀ ਟ੍ਰੈਡੀਸ਼ਨਲ ਲੱਸੀ ਲੈ ਸਕਦੇ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਸੀ ਕਿ ਅਸੀਂ ਖੀਰ ਖਾਣ ਤੋਂ ਬਾਅਦ ਨਮਕ ਦੇ ਨਾਲ ਸਬਜ਼ੀਆਂ ਦੇ ਨਾਲ ਰੋਟੀ ਖਾ ਸਕਦੇ ਹਾਂ। ਬਹੁਤਾ ਕਰਕੇ ਇਸ ਤਰ੍ਹਾਂ ਮੈਂ ਅਵੋਇਡ ਹੀ ਕਰਦੀ ਹਾਂ। ਖੀਰ ਆਪਣੇ ਆਪ ਵਿੱਚ ਸੰਪੂਰਨ ਮੀਲ ਹੈ, ਚਾਵਲ ਹੈ, ਦੁੱਧ ਹੈ, ਮਿੱਠਾ ਹੈ। ਵੈਸੇ ਤਾਂ ਸਾਨੂੰ ਇਹ ਚਾਹੀਦਾ ਹੈ ਕਿ ਇਸ ਦੇ ਨਾਲ ਅਸੀਂ ਰੋਟੀ ਵਗੈਰਾ ਨਾ ਹੀ ਖਾਈਏ। ਜਦੋਂ ਵੀ ਭੁੱਖ ਲੱਗੀ ਹੈ ਖੀਰ ਆਪਣੇ ਆਪ ਵਿੱਚ ਹੀ ਇੱਕ ਪੂਰਾ ਭੋਜਨ ਹੈ। ਅਤੇ ਜੇ ਅਸੀਂ ਕੁਝ ਮਿੱਠਾ ਬਣਾਉਣਾ ਵੀ ਚਾਹੁੰਦੇ ਹਾਂ ਨਮਕੀਨ ਥਾਲੀ ਦੇ ਨਾਲ ਤਾਂ ਬਿਨਾਂ ਦੁੱਧ ਵਾਲੀਆਂ ਜਿੰਨੀਆਂ ਵੀ ਰੈਸਿਪੀਜ਼ ਹਨ ਉਹਨਾਂ ਨੂੰ ਅਸੀਂ ਬਣਾ ਸਕਦੇ ਹਾਂ। ਜਿਵੇਂ ਅਸੀਂ ਸੇਵੀਆਂ ਵੀ ਕੇਵਲ ਘਿਓ 'ਚ ਭੁੰਨ ਕੇ ਬਣਾ ਸਕਦੇ ਹਾਂ, ਸੂਜੀ ਦਾ ਹਲਵਾ ਬਣਾ ਸਕਦੇ ਹਾਂ, ਕੜਾਹ ਪ੍ਰਸ਼ਾਦ ਬਣਾ ਸਕਦੇ ਹਾਂ। ਇਸ ਤਰ੍ਹਾਂ ਜਿਹੜੀਆਂ ਬਿਨਾਂ ਦੁੱਧ ਤੋਂ ਬਣ ਸਕਦੀਆਂ ਹੋਣ ਉਹਨਾਂ ਰੈਸਿਪੀਜ਼ ਨੂੰ ਹੀ ਟਰਾਈ ਕਰਨਾ ਚਾਹੀਦਾ ਹੈ। ਤਾਂ ਇਹ ਦੋਨੋਂ ਰੈਸਿਪੀਜ਼ ਕੰਪਲੀਟ ਹੁੰਦੀਆਂ ਹਨ ਅਤੇ ਕੁਝ ਜਿਹੜੇ ਡਾਊਟ ਸੀ ਉਹ ਵੀ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਵੀ ਜ਼ਿਆਦਾ ਗਰਮੀ ਲੱਗਦੀ ਹੈ, ਬਹੁਤ ਗੁੱਸਾ ਆਉਂਦਾ ਹੈ, ਚਿੜਚਿੜਾਪਨ ਅਤੇ ਸਟ੍ਰੈਸ ਜ਼ਿਆਦਾ ਹੁੰਦਾ ਹੈ, ਐਂਗਜ਼ਾਇਟੀ ਜ਼ਿਆਦਾ ਹੁੰਦੀ ਹੈ, ਇਸ ਦੇ ਨਾਲ ਨਾਲ ਉਹਨਾਂ ਨੂੰ ਹਾਈਪਰ ਟੈਨਸ਼ਨ ਭਾਵ ਕਿ ਹਾਈ ਬੀ ਪੀ ਦੀ ਦਿੱਕਤ ਰਹਿੰਦੀ ਹੈ, ਜਾਂ ਕਿਸੇ ਵੀ ਕਾਰਨ ਕਰਕੇ ਬਹੁਤਾ ਜ਼ਿਆਦਾ ਤਕਲੀਫ ਗਰਮੈਸ਼ ਨਾਲ ਹੁੰਦੀ ਹੈ, ਤਾਂ ਤੁਸੀਂ ਜੌਂ ਦੇ ਦਲੀਏ ਨੂੰ ਰੋਜ਼ਾਨਾ ਆਪਣੇ ਭੋਜਨ ਵਿੱਚ ਕਿਸੇ ਵੀ ਤਰੀਕੇ ਸ਼ਾਮਿਲ ਕਰੋ। ਜਾਂ ਫਿਰ ਅਸੀਂ ਜੌਂ ਦੀ ਰੋਟੀ ਵੀ ਲੈ ਸਕਦੇ ਹਾਂ। ਇਸ ਤਰ੍ਹਾਂ ਜੌਂ ਦੇ ਅਨਾਜ ਦੀ ਵਰਤੋਂ ਦੇ ਨਾਲ ਤੁਸੀਂ ਆਪਣੀ ਗਰਮੈਸ਼ 'ਤੇ ਕਾਬੂ ਪਾ ਸਕਦੇ ਹੋ। ਇਹ ਸੀ ਅੱਜ ਦਾ ਵੀਡੀਓ। ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।